ਤਿੰਨ ਜਿਹੜੇ ਅਪਰਾਧੀ ਨੇ ਇਹਨਾਂ ਦਾ ਮੁਠਭੇੜ ਹੋਈ ਇਹਨਾਂ ਦੇ ਨਾਲ, ਇਹ ਪੂਰੀ ਇਨਵੈਸਟੀਗੇਸ਼ਨ 'ਚ ਕੀ ਹੈ, ਕਿਹੜਾ ਮਾਮਲਾ ਹੈ? ਇਹਦੇ ਵਿੱਚ ਸ਼ਾਇਦ ਤੁਹਾਡੇ ਧਿਆਨ 'ਚ ਹੋਵੇ, ਕੁਛ ਦਿਨ ਪਹਿਲਾਂ ਇੱਕ ਡੇਰਾ ਬੱਸੀ ਦੇ ਵਿੱਚ ਇੱਕ ਸ਼ੂਟਿੰਗ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਦੇ ਉੱਤੇ ਦੋ ਮੋਟਰਸਾਈਕਲ ਸਵਾਰ ਗੋਲੀਆਂ ਚਲਾ ਗਏ ਸੀਗੇ, ਅਤੇ ਉਹ ਇਮੀਡੀਏਟਲੀ ਉਹਨੂੰ PGI ਸ਼ਿਫਟ ਕਰਨ ਉੱਤੇ ਗਿਆ ਸੀ, ਅਤੇ ਕੁਛ ਦਿਨ ਬਾਅਦ ਉਹ ਲੇਡੀ ਦੀ ਡੈਥ ਹੋ ਗਈ ਸੀਗੀ। ਅਤੇ ਇਸ ਕੇਸ ਨੂੰ ਟਰੇਸ ਕਰਦੇ ਹੋਏ ਸਾਡੀਆਂ ਜਿਹੜੀਆਂ ਵੱਖ ਵੱਖ ਟੀਮਾਂ ਸੀਗੀਆਂ, ਸਾਡੀਆਂ CA ਦੀ ਟੀਮਾਂ, ਸਪੈਸ਼ਲ ਸੈੱਲ ਦੀਆਂ ਟੀਮਾਂ ਅਤੇ ਥਾਣੇ ਦੀਆਂ ਜਿਹੜੀਆਂ ਟੀਮਾਂ ਸੀਗੀਆਂ ਅਸੀਂ ਬਣਾਤੀਆਂ, ਅਤੇ ਉਹ ਟੀਮਾਂ ਜਿਹੜੀਆਂ ਸੀਗੀਆਂ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਇਹ ਟਰੇਸ ਕਰ ਲਿਆ ਸੀਗਾ ਕਿ ਜਿਹੜਾ ਇਹ ਕੇਸ ਹੈ, ਇਹ ਜਿਹੜੇ ਡਿਸੀਜ਼ ਲੇਡੀ ਹੈ, ਜਿਹੜੇ ਮਰਨ ਵਾਲੀ ਲੇਡੀ ਨੇ, ਉਹਨਾਂ ਦੀ ਜਿਹੜੀ ਨੂੰਹ ਸੀ, ਨੂੰਹ ਦੇ ਮਾਮੇ ਨੇ ਕਰਾਇਆ ਸੀ ਕਿਉਂਕਿ ਉਹਨਾਂ ਦੇ ਫੈਮਿਲੀ 'ਚ ਡਿਸਪਿਊਟ ਚੱਲ ਰਿਹਾ ਸੀਗਾ। ਇਸ ਕੇਸ ਦੇ ਵਿੱਚ ਜਿਹੜੀ ਉਹ ਜਿਹੜਾ ਉਹਨਾਂ ਦਾ ਮਾਮਾ ਸੀ, ਕਿ ਨਾਮ ਸੁਭਾਸ਼ ਨਾਮ ਦਾ ਜਿਹੜਾ ਬੰਦਾ ਸੀ, ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਅਤੇ ਗ੍ਰਿਫਤਾਰੀ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੋ ਬੰਦੇ, ਇੱਕ ਅਕਸ਼ੇ ਜਿਹੜਾ ਕਿ ਹਿਸਾਰ ਦਾ ਰਹਿਣ ਵਾਲਾ, ਅਤੇ ਇੱਕ ਨਰੇਸ਼ ਕੁਮਾਰ ਜਿਹੜਾ ਕਿ ਜੀਂਦ ਦਾ ਰਹਿਣ ਵਾਲਾ, ਇਹ ਦੋਨਾਂ ਨੂੰ ਆਈਡੈਂਟੀਫਾਈ ਕੀਤਾ। ਇਹ ਜਿਹੜਾ ਇਹਨਾਂ ਦੋਨਾਂ ਨੂੰ ਕੰਟਰੈਕਟ ਦਿੱਤਾ ਗਿਆ ਸੀਗਾ ਜਿਹੜੇ ਇਹ ਲੇਡੀ ਨੂੰ ਮਾਰਨ ਦਾ, ਅਤੇ ਉਹ ਟਰੇਸ ਕਰਦੇ ਹੋਏ ਸਾਨੂੰ ਇਨਫੋਰਮੇਸ਼ਨ ਸੀਗੀ ਅੱਜ ਕਾਫੀ ਸਮੇਂ ਤੋਂ ਕਿ ਇਹ ਖਿਜ਼ਰਾਬਾਦ ਮਾਜਰੀ ਦੇ ਇਲਾਕੇ ਦੇ ਵਿੱਚ ਇਹ ਜਿਹੜੇ ਦੋ ਬੰਦੇ ਇਹਨਾਂ ਦੇ ਲੁਕੇ ਹੋਣ ਦੀ ਆਸ਼ੰਕਾ ਹੈ, ਅਤੇ ਸਾਡੀਆਂ ਟੀਮਾਂ ਕਾਫੀ ਦੇਰ ਤੋਂ ਸਰਚ ਕਰ ਰਹੀਆਂ ਸੀਗੀਆਂ ਇੱਥੇ, ਅਤੇ ਕਿ ਫਿਰ ਸਾਨੂੰ ਫਿਰ ਇਨਫੋਰਮੇਸ਼ਨ ਆਈ ਕਿ ਕਿਸੇ ਪੱਠੇ ਦੇ ਲਾਗੇ ਤਾਗੇ ਰੁਕੇ ਹੋਏ ਨੇ ਜਾਂ ਉੱਥੇ ਟੈਂਪਰੇਰੀ ਲੁਕੇ ਹੋਏ ਨੇ, ਕਿਉਂਕਿ ਪੁਲਿਸ ਕਾਫੀ ਦੇਰ ਤੋਂ ਸਰਚ ਕਰ ਰਹੀ ਸੀ ਇਹਨਾਂ ਦੀ। ਤਾਂ ਡਿਊਰਿੰਗ ਜਦੋਂ ਸਾਡੀ ਜਿਹੜੀ ਸਪੈਸ਼ਲ ਸੈੱਲ ਦੀ ਟੀਮ ਹੈ ਇੱਧਰੋਂ ਆ ਰਹੀ ਸੀਗੀ ਗੱਡੀ 'ਤੇ, ਸਾਹਮਣੇ ਇੱਕ ਬੜੀ ਸਪੀਡ 'ਤੇ ਮੋਟਰਸਾਈਕਲ ਕਿਤੋਂ ਇੱਕ ਇੱਥੇ ਪੱਠੇ ਦੇ ਏਰੀਆ ਦੇ ਵਿੱਚੋਂ ਨਿਕਲ ਕੇ ਭੱਜਿਆ, ਜਦੋਂ ਉਹਨੂੰ ਰੋਕਣ ਵਾਸਤੇ ਜੋ ਗੱਡੀ ਅੱਗੇ ਲਗਾਏਗੀ ਤਾਂ ਉਹਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਅਤੇ ਜਵਾਬੀ ਫਾਇਰਿੰਗ ਦੌਰਾਨ ਜਿਹੜੀ ਸੀਗੀ ਪੁਲਿਸ ਪਾਰਟੀ ਵੱਲੋਂ ਵੀ ਜਿਹੜੇ ਸੀਗੇ ਫਾਇਰ ਕੀਤੇ ਗਏ ਸ਼ੋਟਸ, ਤਾਂ ਉਹ ਮੋਟਰਸਾਈਕਲ ਦੇ ਉੱਤੇ ਤਿੰਨ ਬੰਦੇ ਸੀਗੇ। ਜਿਹੜਾ ਤੀਜਾ ਬੰਦਾ ਹੈਗਾ ਇੱਕ ਸੁਨੀਲ ਕੁਮਾਰ ਨਾਮ ਦਾ ਬੰਦਾ ਜਿਹੜਾ ਕਿ ਹਿਸਾਰ ਦਾ ਹੀ ਰਹਿਣ ਵਾਲਾ ਆਈਡੈਂਟੀਫਾਈ ਹੋਇਆ, ਅਤੇ ਇਹਦਾ ਰੋਲ ਜਿਹੜਾ ਹੈਗਾ ਅਸੀਂ ਹਜੇ ਜਿਹੜੇ ਡੇਰੇ ਬੱਸੇ ਵਾਲੇ ਇੰਸੀਡੈਂਟ 'ਚ ਅਸੀਂ ਹਜੇ ਅਸੀਂ ਵੈਰੀਫਾਈ ਕਰਨਾ ਕਿ ਇਹਦਾ ਕੀ ਰੋਲ ਹੈ, ਕਿਉਂਕਿ ਦੋ ਬੰਦੇ ਤਾਂ ਇਹ 'ਚ ਵਾਂਟਡ ਹੀ ਸੀਗੇ, ਬਾਈ ਨੇਮ ਹੀ ਸੀ ਸਾਡੇ ਕੋਲ। ਅਤੇ ਇਹਨਾਂ ਦੇ ਡਿਊਰਿੰਗ ਜਿਹੜੀ ਇਹ ਮੁੱਠਭੇੜ ਜਿਹੜੀ ਹੈਗੀ ਹੈ ਉਹਦੇ ਵਿੱਚ ਇਹਨਾਂ ਤਿੰਨਾਂ ਦੇ ਹੀ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹੈ, ਇੱਕ ਦੇ ਦੋ ਗੋਲੀਆਂ ਲੱਗੀਆਂ, ਅਤੇ ਦੂਜੇ ਤੀਜੇ ਦੇ ਵੀ ਦੋ ਗੋਲੀਆਂ ਲੱਗੀਆਂ ਨੇ, ਅਤੇ ਇਸ ਤਿੰਨੇ ਇਮੀਜੀਏਟਲੀ ਹੋਸਪਿਟਲ ਸ਼ਿਫਟ ਕਰ ਦਿੱਤੇ ਗਏ ਨੇ, ਅਤੇ ਸਾਰੇ ਜੇਰੇ ਇਲਾਜ ਨੇ। ਸਰ, ਕ੍ਰਿਮੀਨਲ ਹਿਸਟਰੀ ਇਹਨਾਂ ਦੀ ਕੀ ਹੈ ਹਜੇ ਤੱਕ ਸਾਹਮਣੇ ਆਇਆ? ਇਹ 'ਚ ਜਿਹੜਾ ਮੇਨ ਜਿਹੜਾ ਇਹਦੇ ਵਿੱਚ ਹੈਗਾ ਸ਼ੂਟਰ ਹੈ ਨਰੇਸ਼ ਕੁਮਾਰ ਹੈ, ਇਹਦੇ ਉੱਤੇ ਕਰੀਬ ਹਜੇ ਤੱਕ ਜੋ ਇਹਨੇ ਪੁੱਛਗਿੱਛ ਦੱਸਿਆ, ਇਹ 'ਚ 12 ਤੋਂ 14 ਜਿਹੜੀ FIRs ਹੈ ਅਤੇ ਰਜਿਸਟਰਡ ਹੈ, ਸਾਰੀਆਂ ਹੀਨੀਅਸ ਕ੍ਰਾਈਮ ਦੀ FIRs, ਅਤੇ ਸਾਰੀਆਂ 307-302 ਟਾਈਪ ਦੀਆਂ ਹੀ FIRs ਹੈ। ਜਿਹੜਾ ਇਹ ਅਕਸ਼ੇ ਹੈ ਇਹਦੇ ਉੱਤੇ ਟੋਟਲ ਮਿਲਾ ਕੇ 2 FIRs ਦੇ ਵਿੱਚ ਹਿਸਾਰ ਡਿਸਟ੍ਰਿਕਟ ਤੋਂ 307 ਦੀਆਂ 2 FIRs ਹੈ, ਜਿਹਦੇ ਵਿੱਚ ਭਗੌੜਾ ਚੱਲਦਾ ਆ ਰਿਹਾ, ਇਹ ਤਾਂ ਅਸੀਂ ਸਾਰੀਆਂ ਚੈੱਕ ਕਰ ਲਿੱਤਾ ਸੀ ਰਿਕਾਰਡ। ਜਿਹੜਾ ਸੁਨੀਲ ਕੁਮਾਰ ਹੈ ਇਹਦਾ ਵੀ ਕ੍ਰਿਮੀਨਲ ਰਿਕਾਰਡ ਹੈ, ਪ੍ਰੀਲੀਮਿਨਰੀ ਦੱਸ ਰਿਹਾ ਕਿ ਇਹਦੀ ਵੀ FIRs ਹੈਗੀ, ਪਰ ਅਸੀਂ ਡਿਟੇਲ, ਕਿਉਂਕਿ ਹੁਣ ਨਵੀਂ ਸਾਨੂੰ ਆਈਡੈਂਟੀਫਾਈ ਹੋਇਆ, ਡਿਟੇਲ ਹਜੇ ਅਸੀਂ ਪੁੱਛਗਿੱਛ ਤੋਂ ਲਿਆਵਾਂਗੇ ਸਾਹਮਣੇ। ਸਰ, ਇਹ ਪੂਰਾ ਖਾਲੀ ਏਰੀਆ ਇੱਕ ਇੱਥੇ ਲੁਕੇ ਹੋਈ ਸੀ, ਇੱਥੇ ਦਾ ਕੋਈ ਇਨਵੋਲਵ ਤਾਂ ਨਹੀਂ ਲੋਕਲ ਹਜੇ ਤੱਕ ਇਨਵੈਸਟੀਗੇਸ਼ਨ? ਇਹ ਸਾਰੀ ਚੀਜ਼ ਹਜੇ ਹੁਣ ਜਿਵੇਂ ਤੁਸੀਂ ਜਾਣਦੇ ਹੋ ਹੁਣ ਇੰਸੀਡੈਂਟ ਹੋਇਆ ਹੀ ਹੈ, ਅਜੇ ਤਾਂ ਸਾਨੂੰ ਕਾਫੀ ਟਾਈਮ ਤੋਂ ਇਨਫੋਰਮੇਸ਼ਨ ਸੀ ਕਿ ਇਸ ਇਲਾਕੇ 'ਤੇ ਨੇ ਸਾਡੀਆਂ, ਇਸੇ ਕਰਕੇ ਪੁਲਿਸ ਪਾਰਟੀ ਗਸ਼ਤ ਕਰ ਰਹੀਆਂ ਸੀ। ਜੇ ਇੱਥੇ ਲੋਕਲੀ ਇਹ ਤੋਂ ਲੰਘ ਰਹੇ ਸੀਗੇ ਜਾਂ ਹਿਮਾਚਲ ਵੱਲ ਨੂੰ ਭੱਜ ਰਹੇ ਸੀ ਜਾਂ ਹਿਮਾਚਲ ਤੋਂ ਆ ਰਹੇ ਸੀ, ਕਿਉਂਕਿ ਇਹ ਨਾਲ ਹਿਮਾਚਲ ਦੇ ਨਾਲ ਲੱਗਦਾ ਏਰੀਆ, ਤਾਂ ਸਾਨੂੰ ਕਾਫੀ ਪੋਸੀਬਿਲਟੀ ਹੈ ਹਿਮਾਚਲ ਵੱਲ ਨੂੰ ਭੱਜ ਰਹੇ ਹੋਣ ਜਾਂ ਉਧਰੋਂ ਆ ਰਹੇ ਹੋਣ ਇਹ, ਤਾਂ ਜੇ ਲੋਕਲ ਵੀ ਕੋਈ ਕਿਸੇ ਦੀ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਨੂੰਨੀ ਕਿੰਨੀ ਦੇਰ ਤੋਂ ਰੇਖੀ ਕੀਤੀ ਜਾ ਰਹੀ ਸੀਗੀ ਉਸ ਇੰਸੀਡੈਂਟ ਦੇ ਵਿੱਚ? ਹਾਂਜੀ, ਨਹੀਂ ਉਹ ਤਾਂ ਜਿਹੜਾ ਰੈਕੀ ਦਾ ਇਹ 'ਚ ਪਹਿਲਾਂ ਹੀ ਪਲੈਨਡ ਵੇ ਸੀਗਾ,
ਲੈਂਡ ਵੇ ਦੇ ਵਿੱਚ ਸੀਗਾ ਕਿ ਘਰੋਂ ਬਾਹਰ ਬੈਠੇ ਆ ਤੇ ਇਹਨਾਂ ਨੇ ਕੰਟਰੈਕਟ ਕਿਲਿੰਗ ਜਿਵੇਂ ਮੈਂ ਦੱਸਿਆ ਉਸ ਹਿਸਾਬ ਨਾਲ ਕੀਤੀ ਗਈ ਤੇ ਉਸੇ ਹਿਸਾਬ ਨਾਲ ਇੰਸੀਡੈਂਟ ਕਰਾਇਆ ਗਿਆ। ਸਰ ਸੀਸੀਟੀਵੀ ਵੀ ਆਈ ਸੀ ਉਹਦੇ ਵਿੱਚ ਸਾਹਮਣੇ ਦੋ ਬਾਈਕ ਸਵਾਰ ਆਏ ਸੀਗੇ, ਇਹ ਉਹੀ ਅਕਸ਼ੇ ਤੇ ਨਰੇਸ਼ ਦੋਨੋਂ, ਜਿਹੜਾ ਅਕਸ਼ੇ ਤੇ ਨਰੇਸ਼ ਹੈ ਇਹ ਉਹੀ ਦੋ ਬੰਦੇ ਨੇ ਜਿਹੜੇ ਬਾਈਕ ਤੇ ਸਵਾਰ ਹੋ ਕੇ ਸੀਸੀਟੀਵੀ ਵਿੱਚ ਦਿਖਦੇ ਆ ਆਪਾਂ। ਠੀਕ ਹੈ ਠੀਕ ਸਰ, ਹੁਣ ਤੱਕ ਦੀ ਇਨਵੈਸਟੀਗੇਸ਼ਨ ਕੁਝ ਹੋਰ ਆਏ, ਇਹ ਹੋਰ ਵੀ ਲੋਕ ਇਹਦੇ ਵਿੱਚ ਸ਼ਾਮਿਲ ਨੇ ਕਿਉਂਕਿ ਤੁਸੀਂ ਕਿਹਾ ਕਿ ਕੰਟਰੈਕਟ ਕਿਲਿੰਗ ਇਹਦੇ ਵਿੱਚ ਸੁਭਾਸ਼ ਨੇ ਕਰਾਇਆ ਇਹ 'ਚ। ਹੁਣ ਦੇਖੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਨੂੰ ਦੋ ਨਾਮ ਹੀ ਸਾਹਮਣੇ ਆਏ ਸੀਗੇ ਤੇ ਅਕਸ਼ੇ ਤੇ ਜਿਹੜਾ ਹੈਗਾ ਇਹ ਨਰੇਸ਼ ਕੁਮਾਰ, ਜਿਹੜਾ ਤੀਸਰੇ ਦਾ ਰੋਲ ਹੈ ਉਹ ਅਸੀਂ ਹੁਣ ਜਿਹੜਾ ਕਿਉਂਕਿ ਹੁਣ ਇਹ ਨਵਾਂ ਸਾਹਮਣੇ ਆਇਆ ਤੇ ਇਹਦੀ ਡਿਊਰਿੰਗ ਇਨਵੈਸਟੀਗੇਸ਼ਨ ਇਸ ਕੇਸ ਦੀ ਵੀ ਤੇ ਪਲੱਸ ਜਿਹੜਾ ਡੇਰਾ ਬੱਸੀ ਵਾਲਾ ਕੇਸ ਉਹ 'ਚ ਵੀ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਸਾਰਾ ਰੋਲ ਜਿਹੜਾ ਇਹਨਾਂ ਦਾ ਦੇਖਿਆ। ਸਰ ਕਿਸੇ ਗੈਂਗ ਨਾਲ ਤਾਂ ਸੰਬੰਧਿਤ ਹਜੇ ਤੱਕ ਕੁਝ ਸਾਹਮਣੇ ਆਇਆ? ਹਜੇ ਤੱਕ ਨਹੀਂ ਸਾਹਮਣੇ ਆਇਆ ਸੀ ਕਿਉਂਕਿ ਕਾਫੀ ਦਿਨ ਹੋ ਗਏ ਇਸ ਇੰਸੀਡੈਂਟ ਨੂੰ, ਤਾਂ ਸਾਡੀ ਪ੍ਰੀਲਿਮਿਨਰੀ ਪੁੱਛਗਿੱਛ ਦੇ ਵਿੱਚ ਇਹ ਕਿਸੇ ਗੈਂਗ ਨਾਲ ਸੰਬੰਧਿਤ ਸਾਹਮਣੇ ਨਹੀਂ ਆਇਆ, ਪਰ ਇਹ ਸੀਗੇ ਕੰਟਰੈਕਟ ਕਿਲਰਸ ਤੇ ਕਾਫੀ ਇਹਨਾਂ ਤੇ ਜਿਹੜੀ ਹੀਨਸ ਕ੍ਰਾਈਮ ਦੀ ਐਫ ਆਈ ਆਰ ਸੀ। ਸਰ ਕਿੰਨੇ ਵੈਪਨ ਜਿਹੜੇ ਰਿਕਵਰ ਕੀਤੇ ਗਏ ਨੇ, ਕਿਹੜੇ ਕਿਹੜੇ ਵੈਪਨ? ਇਹ 'ਚ ਦੋ ਵੈਪਨ ਇਸ ਟਾਈਮ ਤੇ ਮੌਕੇ ਤੋਂ ਜਿਹੜੇ ਹੈਗੇ ਆ ਉਹ ਰਿਕਵਰ ਕੀਤੇ ਆ, ਸਾਡੀ ਫੋਰੈਂਸਿਕ ਟੀਮ ਵੀ ਆਲਮੋਸਟ ਪਹੁੰਚਣ ਵਾਲੀ ਆ, ਉਹ ਸਾਰੀ ਡਿਟੇਲਡ ਐਨਾਲਿਸਿਸ ਜਿਹੜੀ ਹੈਗੀ ਆ ਸ਼ੁਰੂ ਕਰ ਦੇਗੀ। ਦੋਨੋਂ 30 ਬੋਰ ਦੇ ਸਰ, ਤਿੰਨ ਦੋਨੋਂ 30 ਬੋਰ ਦੇ ਆ, ਕੁਝ ਖਾਲੀ ਕੇਸ ਵੀ ਸਾਨੂੰ ਇੱਥੇ ਮਿਲੇ ਆ, ਉਹ ਵੀ ਸਾਰੇ ਅਸੀਂ ਸਿਕਿਓਰ ਕਰਕੇ ਰੱਖਿਆ ਹੋਇਆ ਸੀਨ ਜਿਹੜਾ ਹੈਗਾ, ਤੇ ਉਹ ਸਾਡੀ ਫੋਰੈਂਸਿਕ ਟੀਮ ਆਏਗੀ ਤੇ ਉਹ ਡਿਟੇਲ ਜਿਹੜੀ ਹੈਗੀ ਹੋਰ ਵੀ ਅਸੀਂ ਇਹਦੇ ਵਿੱਚ ਨਿਕਲਾਂਗੇ। ਤੇ ਕਿੰਨੇ ਕੁ ਫਾਇਰ ਹੋਏ ਨੇ ਅੰਦਾਜ਼ਾ? ਇਹ ਅੰਦਾਜ਼ਾ ਜਿਹੜੀ ਉਹਨਾਂ ਵੱਲੋਂ ਕਰੀਬ 4-5 ਫਾਇਰ ਜਿਹੜੇ ਹੋਏ ਸੀਗੇ, ਫਿਰ ਸਾਡੀ ਟੀਮ ਵੱਲੋਂ ਵੀ ਕਰੀਬ 7-8 ਫਾਇਰ ਜਿਹੜੇ ਹੋਏ।